ਜਿਸ ਤਰ੍ਹਾਂ ਤੁਸੀਂ ਇੱਕ ਵੱਖਰੀ ਪਹਿਚਾਣ ਬਣੀ ਹੈ, ਠੀਕ ਉਸੇ ਤਰ੍ਹਾਂ ਦਲਜੀਤ ਦੋਸਾਂਝ ਉਹਨਾਂ ਦੀ ਵੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਲਾ, ਮੰਨਦੇ ਹੋ ਵੀ ਵਧੀਆ ਕੰਮ ਕਰ ਰਹੇ ਨੇ? ਸਿੰਗਰ ਆ, ਸਿੰਗਰ ਬੰਦੇ ਵਧੀਆ ਕਰ ਰਹੇ, ਆਪਣੇ ਟੈਲੈਂਟ ਹੁੰਦੇ। ਦਲਜੀਤ ਤਾਂ ਟੈਲੈਂਟਡ ਬਹੁਤ ਹੈ, ਟੈਲੈਂਟਡ ਬਹੁਤ ਹੈ। ਸਿੰਗਰ ਸਿੰਗਰ ਹੀ ਹੁੰਦੇ ਆ, ਕੋਈ ਸਿੰਗਰ ਨੂੰ ਅਸੀਂ ਜਦੋਂ ਕੋਈ ਕਹਿੰਦੇ ਭਾਈ ਤੁਸੀਂ ਸਾਡੇ ਪੰਥ ਕੇ ਆਏ ਹਾਂ, ਤਾਂ ਜਦੋਂ ਕੋਈ ਗਾਣਾ ਦੂਜਾ ਗਾਉਂਦੇ ਪੈਸੇ ਬਣਾਉਣ ਲਈ, ਫਿਰ ਅਸੀਂ ਆਫਸੈਟ ਹੋ ਜਾਂਦੇ ਹਾਂ। ਸਿੰਗਰ ਆ ਸਿੰਗਰ, ਉਹਨੇ ਕਦੀ ਆਪਣੇ ਉਹਨੂੰ ਕਿਹਾ ਨਹੀਂ ਪੰਥਕ ਲੀਡਰ ਆ, ਪੰਥਕ ਲੀਡਰ ਆ। ਆਰਟਿਸਟਰੀ ਆ ਜਿਹੜੀ ਉਹਨਾਂ ਦੀ, ਇੱਕ ਉਹਨਾਂ ਦੀ ਸਪੈਸ਼ਲਿਟੀ ਆ ਸਿੰਗਿੰਗ, ਉਹਨੀ ਹਾਇਸਟ ਬਿਰਧ ਨੂੰ ਵੇਚਣੀ ਆ, ਜਿਹੜਾ ਜ਼ਿਆਦਾ ਪੈਸੇ ਦਊਗਾ ਉਹ ਜਾ ਕੇ ਗਾਣੇ ਗਾਉਣੇ, ਉਹਨੀ ਹਾਇਸਟ ਬਿਰਧ ਨੂੰ ਵੇਚਣੀ ਆ ਉਹ ਜਾ ਕੇ ਗਾਣੇ ਗਾਉਣੇ। ਜਿਸ ਤਰ੍ਹਾਂ ਤੁਸੀਂ ਇੱਕ ਵੱਖਰੀ ਪਹਿਚਾਣ ਬਣੀ ਹੈ, ਠੀਕ ਉਸੇ ਤਰ੍ਹਾਂ ਦਲਜੀਤ ਦੋਸਾਂਝ ਉਹਨਾਂ ਦੀ ਵੀ ਫੈਨ ਫੋਲੋਇੰਗ ਬਹੁਤ ਜ਼ਿਆਦਾ, ਮੰਨਦੇ ਹੋ ਵੀ ਵਧੀਆ ਕੰਮ ਕਰ ਰਹੇ ਨੇ? ਸਿੰਗਰ ਆ, ਸਿੰਗਰ ਬੰਦੇ ਵਧੀਆ ਕਰਦੇ, ਆਪਣੇ ਟੈਲੈਂਟ ਹੁੰਦੇ। ਦਲਜੀਤ ਤਾਂ ਟੈਲੈਂਟਡ ਬਹੁਤ ਆ, ਅਸੀਂ ਨਹੀਂ ਕਿਹਾ ਵੀ ਨਹੀਂ ਟੈਲੈਂਟਡ, ਟੈਲੈਂਟਡ ਬੰਦੇ ਸਾਡੇ ਕਾਫੀ ਹੈਗੇ। ਮੂਸੇਵਾਲੇ ਦੀ ਪਛਾਣ ਦੇਖੋ, ਜੇ ਨਹੀਂ ਜਾਂਦਾ ਦੁਨੀਆ ਤੋਂ ਨੰਬਰ ਵਨ ਹੋਣਾ ਸੀ ਸਾਰੀ ਦੁਨੀਆ ਦੇ ਵਿੱਚ, ਉਹਦੀ ਕਿੰਨਾ ਸਾਰੀ ਦੁਨੀਆ ਗੁਣ ਗਾਉਂਦੇ। ਮੈਂ ਇੱਥੇ ਤੁਰਕੀ ਗਿਆ, ਮੂਸੇਵਾਲੇ ਦਾ ਗਾਣੇ ਗਾਉਂਦੇ, ਤੁਰਕੀ ਵਿੱਚ ਵੀ ਮੈਨੂੰ ਦਿਖਾਲਦੇ ਆ, ਪਾਕਿਸਤਾਨ ਵੀ ਮੂਸੇਵਾਲੇ ਪਾਕਿਸਤਾਨ। ਸੋ ਸਾਡੇ ਬਹੁਤ ਸਕਸੈਸਫੁਲ ਸਿੰਗਰ ਹੈਗੇ ਆ, ਇੱਧਰ ਹੈਗੇ ਆ ਦਲਜੀਤ ਸਿੰਗਰ ਆ, ਸਕਸੈਸਫੁਲ ਆ, ਟੈਲੈਂਟਡ ਆ। ਉਹਦੇ ਮੂਸੇਵਾਲਾ ਸੀਗਾ, ਇੱਧਰੋਂ ਔਜਲੇ ਹੋਣੀ ਆ, ਇੱਧਰੋਂ ਸੁੱਖਾ, ਇੱਧਰ ਸਰ ਪੜ੍ਹੇ। ਮੈਂ ਕਿੰਨੇ ਨਾਂ ਲੈ ਸਕਦਾ ਜਿਹੜੇ ਭਾਈ ਬਹੁਤ ਵਧੀਆ ਕੰਮ ਕਰ ਰਹੇ, ਬਹੁਤ ਜਿੱਦਾਂ ਕਹਿ ਲਓ ਆਪਣੇ ਲੈਵਲ 'ਤੇ ਜਿਹੜੇ ਸਿੰਗਰ ਆ, ਸਿੰਗਰ ਸਿੰਗਰ ਹੀ ਹੁੰਦੇ ਆ। ਕੋਈ ਸਿੰਗਰ ਨੂੰ ਅਸੀਂ ਜਦੋਂ ਕੋਈ ਕਹਿੰਦੇ ਭਾਈ ਤੁਸੀਂ ਸਾਡੇ ਪੰਥ ਕੇ ਆਏ ਹਾਂ, ਤਾਂ ਜਦੋਂ ਕੋਈ ਗਾਣਾ ਦੂਜਾ ਗਾਉਂਦੇ ਪੈਸੇ ਬਣਾਉਣ ਲਈ, ਫਿਰ ਅਸੀਂ ਅਪਸੈਟ ਹੋ ਜਾਂਦੇ ਹਾਂ। ਤੁਸੀਂ ਇਹ ਸਮਝੋ ਭਾਈ ਸਿੰਗਰ ਸਿੰਗਰ ਆ, ਉਹਦੇ ਟੈਲੈਂਟਡ ਆ। ਜੇ ਤੁਸੀਂ ਟੈਲੈਂਟ ਨਹੀਂ ਲਾਇਕ ਕਰਦੇ ਠੀਕ ਆ, ਜੇ ਲਾਇਕ ਕਰਦੇ ਨਹੀਂ ਠੀਕ ਆ। ਕਈ ਬੰਦੇ ਮੈਂ ਕਹਿੰਦਾ ਹਾਂ ਟੈਲੈਂਟਡ ਆ, ਇਹਦਾ ਮਤਲਬ ਮੈਂ ਉਹਦੇ ਖਿਆਲਾਂ ਨਾਲ ਵੀ ਅਗਰੀ ਹੋਊਂਗਾ, ਕਈ ਸਿੰਗਰ ਦੇ ਨਾਲ ਮੈਂ ਓਪਨਲੀ ਕਹੂੰਗਾ ਭਾਈ। ਜਿੱਦਾਂ ਹੁਣ ਤਰਸੇਮ ਜੱਸੜ ਆ, ਨਾਈਸ ਗਾਏ ਆ, ਇਹਦੇ ਨਾਲ ਗੱਲ ਰਹਿੰਦੀ ਆ, ਏਮੀ ਵਿਰਕ ਨਾਲ ਗੱਲ ਰਹਿੰਦੀ ਆ, ਸੁਖਿੰਦਰ ਸ਼ਿੰਦਾ ਇੱਥੇ ਆ, ਗੱਲਬਾਤ ਰਹਿੰਦੀ, ਪਿਆਰ ਵਾਲੇ ਆ। ਪਰ ਇਹ ਦੱਸ ਮੈਂ ਉਹਦੇ ਗਾਲਣਾ ਬਾਈ ਮੇਰੀ ਕੋਈ ਸਹਿਮਤੀ ਹੋਊਗੀ, ਕਈ ਕਈ ਵਾਰ ਡਿਫਰੈਂਸ ਓਪੀਨੀਅਨ ਹੋਊਗੇ, ਪਰ ਇਹ ਮੈਂ ਇਹਦਾ ਮਤਲਬ ਵੀ ਮੈਂ ਉਹਨੂੰ ਹੇਟ ਕਰਦਾ, ਮੈਂ ਜਾ ਕੇ ਉਹਦੇ ਖਿਲਾਫ਼ ਮੈਂ ਪੋਸਟ ਪਾਵਾਂ। ਉਹ ਸਿੰਗਰ ਆ ਸਿੰਗਰ, ਉਹਨੇ ਕਦੀ ਆਪਣੇ ਉਹਨੂੰ ਕਿਹਾ ਨਹੀਂ ਪੰਥਕ ਲੀਡਰ ਆ। ਅਸੀਂ ਹਰ ਵਾਰੀ ਇਹ ਮਿਸਟੇਕ ਕਰਦੇ ਹਾਂ ਭਈ ਇਹ ਦੋ ਜੀ ਇਹ ਕਰ ਲਿਆ ਉਹ ਕਰ ਲਿਆ, ਉਹ ਤਾਂ ਸਿੰਗਰ ਆ, ਜੇ ਨਹੀਂ ਨਾ ਫੋਲੋ ਕਰ, ਮੈਂ ਥੋੜ੍ਹਾ ਫੋਲੋ ਕਰਦਾ, ਗੱਲਬਾਤ ਰਹਿੰਦੀ ਕਦੀ ਵਾਰੀ। ਪਰ ਇਹਦਾ ਮਤਲਬ ਨਹੀਂ ਭਾਈ ਤੁਸੀਂ ਇੱਕਦਮ ਜਾ ਕੇ ਉਹਨੇ ਜਾ ਕੇ ਕੁਛ ਕਰ ਦਿੱਤਾ, ਮੂਵੀ ਬਣਾਤੀ, ਤੁਸੀਂ ਸਹਿਮਤ ਨਹੀਂ ਕਿ ਠੀਕ ਆ ਆਪਣੇ ਵਿਊ ਦੇ ਦਿਓ, ਪਰ ਉਹ ਐਂਡ ਆਫ ਦਾ ਡੇ ਉਹ ਸਿੰਗਰ ਆ। ਉਹਨੇ ਆਪਣੀ ਜਿੱਦਾਂ ਭਾਈ ਜਿਹੜੀ ਆਪਣੀ ਜਿਹੜੀ ਉਹਦੀ ਇੱਕ ਹੈਗਾ ਆ ਆਰਟਿਸਟਰੀ ਆ ਜਿਹੜੀ ਉਹਨਾਂ ਦੀ, ਇੱਕ ਉਹਨਾਂ ਦੀ ਸਪੈਸ਼ਲਿਟੀ ਆ ਸਿੰਗਿੰਗ, ਉਹਨੀ ਹਾਇਸਟ ਬਿਰਧ ਨੂੰ ਵੇਚਣੀ ਆ, ਜਿਹੜਾ ਜ਼ਿਆਦਾ ਪੈਸੇ ਦਊਗਾ ਉਹ ਜਾ ਕੇ ਗਾਣੇ ਗਾਉਣੇ। ਇਹ ਇਹ ਸਿੰਗਰ ਦਾ ਸਿੰਗਰ ਸਿੰਗਰ ਹੀ ਆ, ਇਹਨੂੰ ਤੁਸੀਂ ਪੰਥਕ ਤੌਰ 'ਤੇ ਇੱਕ ਪਾਸੇ ਲਾ ਕੇ ਨਾ ਲੈ ਲਾ ਨਾ ਲੈ